ਪੰਜਾਬ ਕਾਂਗਰਸ ਦੇ ਸਕੱਤਰ ਰਸ਼ਪਾਲ ਸਿੰਘ ਜੋੜਾਮਾਜਰਾ, ਸੁਖਪਾਲ ਸਿੰਘ ਖਹਿਰਾ ਅਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੀ ਰਹਿਨਮਾਈ ਹੇਠ ਸਮਾਣਾ 'ਚ ਆਯੋਜਿਤ ਇੱਕ ਭਰਵੀਂ ਰੈਲੀ 'ਚ ਆਪਣੇ ਹਜ਼ਾਰਾਂ ਸਮਰਥਕਾਂ ਸਣੇ ਕਾਂਗਰਸ ਪਾਰਟੀ ਛੱਡ ਕੇ ਪੰਜਾਬੀ ਏਕਤਾ ਪਾਰਟੀ 'ਚ ਸ਼ਾਮਲ ਹੋ ਗਏ ਨੇ। ਇਸ ਮੌਕੇ ਖਹਿਰਾ ਨੇ ਉਹਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਆਯੋਜਿਤ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਨੇ ਅਤੇ ਉਹ ਹੁਣ ਤੀਜਾ ਬਦਲ ਚਾਹੁੰਦੇ ਨੇ, ਕਿਉਂਕਿ ਸਾਰੀਆਂ ਪਾਰਟੀਆਂ ਇੰਨੀਆਂ ਕਰਪਟ ਹੋ ਚੁੱਕੀਆਂ ਨੇ ਕਿ ਉਹ ਜੇਤੂ ਉਮੀਦਵਾਰਾਂ ਅਤੇ ਅਮੀਰ ਲੋਕਾਂ ਨੂੰ ਹੀ ਕਰੋੜਾਂ ਰੁਪਏ ਲੈ ਕੇ ਟਿਕਟਾਂ ਦਿੰਦੀਆਂ ਨੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼। ਪਾਰਟਨਰਸ ਕੋਈ ਉਹਨਾਂ ਨਾਲ ਗੱਲਬਾਤ ਕਰਦੇ ਨੇ ਤਾਂ ਮੈਂ ਦੇਖ ਰਿਹਾ ਕਿ ਉਹਨਾਂ ਦਾ ਬਹੁਤਾ ਪੋਜ਼ਿਟਿਵ ਰਿਸਪੌਂਸ ਨੀਗਾ। ਪਹਿਲਾਂ ਤਾਂ ਉਹਨਾਂ ਨੇ ਇਮੀਡੀਏਟਲੀ ਰਿਜੈਕਟ ਕਰਤਾ ਕਿ ਜਿਸ ਅਲਾਇੰਸ ਵਿੱਚ ਖਹਿਰਾ ਅਤੇ ਬੈਂਸ ਨੇ, ਅਸੀਂ ਉਸ ਅਲਾਇੰਸ ਵਿੱਚ ਨਹੀਂ ਸ਼ਾਮਿਲ ਹੋਵਾਂਗੇ। ਇਹਦਾ ਮਤਲਬ ਕਿ ਉਹਨਾਂ ਨੂੰ ਨਿੱਜੀ ਲੜਾਈ ਅਤੇ ਨਫ਼ਰਤ ਦੀ ਭਾਵਨਾ ਦੇ ਨਾਲ ਕੰਮ ਕਰਨਾ ਪੰਜਾਬ ਦੇ ਮੁਕਾਬਲੇ ਤੋਂ ਬਿਹਤਰ ਸਮਝਦੇ, ਇਹ ਉਹਨਾਂ ਦੀ ਸੋਚ ਹੈ। ਬਟ ਸਟਿਲ ਜਿੱਥੋਂ ਤੱਕ ਅਸੀਂ ਕਹਿ ਰਹੇ ਹਾਂ, ਮੈਂ ਆਪਣੇ ਅਲਾਇੰਸ ਪਾਰਟਨਰ ਨੂੰ ਕਿਹਾ ਦੈਟ ਅਗਰ ਕੋਈ ਵੀ ਪਾਰਟੀ ਜਿਹੜੀ ਐਂਟੀ ਕਾਂਗਰਸ ਆ, ਜਿਹੜੀ ਐਂਟੀ ਅਕਾਲੀ ਦਲ ਆ, ਅਗਰ ਉਹ ਇਸ ਗੱਠਜੋੜ ਵਿੱਚ ਆਉਂਦੀ, ਅਸੀਂ ਸਵਾਗਤ ਕਰਦੇ। ਅਸੀਂ ਤਾਂ ਛੋਟੇਪੁਰ ਸਾਹਿਬ ਦਾ ਵੀ ਸਵਾਗਤ ਕੀਤਾ ਵਾ, ਮੈਂ ਉਹਨਾਂ ਨਾਲ ਦੋ ਤਿੰਨ ਵਾਰੀ ਆਪ ਗੱਲ ਕਰ ਚੁੱਕਿਆ ਹਾਂ। ਕਮਲ ਸੰਧੂ ਸਾਹਿਬ ਉਹਨਾਂ ਨੂੰ ਜਾ ਕੇ ਮਿਲੇ ਆਏ ਨੇ। ਇਟ ਇਜ਼ ਅਪ ਟੂ ਹਿਮ ਨਾਓ ਵੈਦਰ ਹੀ ਵਾਂਟਸ ਟੂ ਜੁਆਇਨ ਦੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ। ਸਰ, ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨੂੰ ਚੋਣਾਵ ਨਹੀਂ ਲੜਨਾ ਚਾਹੀਦਾ। ਦੇਖੋ, ਢੀਂਡਸਾ ਸਾਹਿਬ ਦਾ ਜਿਹੜਾ ਬਿਆਨ ਹੈ ਨਾ, ਉਹ ਦੱਸਦਾ ਵਾ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਪੰਜਾਬ 'ਚੋਂ ਫੇਲ ਹੋ ਚੁੱਕੀ ਆ। ਇੱਕ ਐਡੇ ਪੁਰਾਣੇ ਅਕਾਲੀ ਆਗੂ ਨੇ ਇਹ ਸਲਾਹ ਦਿੱਤੀ ਆ ਕਿ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਕੰਟਰੋਲ ਛੱਡ ਦੇਣਾ ਚਾਹੀਦਾ ਵਾ, ਪਰ ਕਿਉਂਕਿ ਸੁਖਬੀਰ ਬਾਦਲ, ਬਿਕਰਮ ਮਜੀਠੀਆ, ਪ੍ਰਕਾਸ਼ ਸਿੰਘ ਬਾਦਲ, ਹਰਸਿਮਰਤ ਕੌਰ, ਇਹਨਾਂ ਨੇ ਅਕਾਲੀ ਦਲ ਨੂੰ ਇੱਕ ਟੱਬਰ ਦੀ ਕਾਰਪੋਰੇਟ ਕੰਪਨੀ ਬਣਾਇਆ ਵਾ। ਮੈਨੂੰ ਨਹੀਂ ਲੱਗਦਾ ਕਿ ਢੀਂਡਸਾ ਸਾਹਿਬ ਦੀ ਉਹ ਸਲਾਹ ਮੰਨਣਗੇ। ਉਹ ਜਿਹਨੂੰ ਕਹਿੰਦੇ ਹੁੰਦੇ ਕਿ ਸੁਸਾਈਡ ਕਬੂਲ ਆ ਅਕਾਲੀਆਂ ਨੂੰ, ਬਾਦਲਾਂ ਨੂੰ, ਪਰ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਕਦੀ ਵੀ ਅਕਾਲੀ ਦਲ ਨੂੰ, ਇੱਕ ਜਮਹੂਰੀ ਪਾਰਟੀ ਜੋ ਕਿ ਕਿਸੇ ਵੇਲੇ ਬਹੁਤ ਗਲੋਰੀਅਸ ਪਾਰਟੀ ਸੀ, ਜਿਹਦੇ 'ਚ ਹਮੇਸ਼ਾ ਕੋਈ ਨਾ ਕੋਈ ਸੰਤ ਇਸ ਦਾ ਪ੍ਰੈਜ਼ੀਡੈਂਟ ਹੋਇਆ ਕਰਦਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਮਾਸਟਰ ਤਾਰਾ ਸਿੰਘ ਵਰਗੇ। ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਕਦੀ ਵੀ ਆਪਣਾ ਗ੍ਰਿਪ ਜਿਹੜੇ ਨੇ ਅਕਾਲੀ ਦਲ ਤੋਂ ਛੱਡਣ ਨੂੰ ਤਿਆਰ ਹੋਣਗੇ, ਕਿਉਂਕਿ ਇਹ ਉਹਨਾਂ ਦੇ ਕੋਲ ਆਮਦਨ ਦਾ ਜ਼ਰੀਆ ਵਾ। ਅਕਾਲੀ ਦਲ ਦਾ ਨਾਮ ਵੇਚ ਕੇ, ਪੰਥ ਦਾ ਨਾਮ ਵੇਚ ਕੇ ਸਰਕਾਰਾਂ ਬਣਾ ਕੇ ਇਹ ਹੋਟਲ ਬਣਾਉਂਦੇ ਨੇ, ਇਹ ਬੱਸਾਂ ਬਣਾਉਂਦੇ ਨੇ, ਇਹ ਵਪਾਰ ਕਰਦੇ ਨੇ। ਇਸ ਲਈ ਇਹਨਾਂ ਨੂੰ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਕੱਢਣਾ ਹੀ ਪਵੇਗਾ। ਇਹ ਵੀ ਕਿਹਾ ਗਿਆ ਕਿ ਅਗਰ ਦੋ ਤਿੰਨ ਬੰਦੇ ਪਾਰਟੀ ਛੱਡ ਦੇਣ ਤਾਂ ਵਾਪਸੀ ਹੋ ਸਕਦੀ ਹੈ ਉਹਨਾਂ ਦੇ ਸਾਰਿਆਂ ਦੀ। ਨਹੀਂ, ਮੈਨੂੰ ਇਹ ਨਹੀਂ ਪਤਾ ਕਿ ਅਕਾਲੀ ਦਲ 'ਚੋਂ ਕੀ ਇਹਨਾਂ ਪੋਲੀਟਿਕਸ ਕੀ, ਪਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਗੈਰਤਮੰਦ ਆਦਮੀ ਇੱਕ ਵਾਰ ਸੁਖਬੀਰ ਬਾਦਲ ਨੂੰ ਤਿਲਾਂਜਲੀ ਦੇ ਆਏ ਨੇ ਔਰ ਉਹ ਉਹਨੂੰ ਛੱਡ ਆਏ ਨੇ, ਉਹ ਦੁਬਾਰਾ ਇਸ ਤਰ੍ਹਾਂ ਦੇ ਬੋਗਸ ਬੰਦਿਆਂ ਦੇ ਥੱਲੇ ਦੁਬਾਰਾ ਜਾ ਕੇ ਕੰਮ ਕਰਨਗੇ। ਆਈ ਡੋ ਨਾਟ ਬਿਲੀਵ ਇਟ। ਮੇਰੇ ਮੁਤਾਬਕ ਕਾਂਗਰਸ ਵਿੱਚ ਕੋਈ ਵੀ ਸੀਨੀਅਰ ਨਹੀਂ ਗਾ, ਸਾਰੇ ਖਾਣ ਪੀਣ ਵਾਲੀ ਜਮਾਤ ਹੈ ਇਹ, ਜਿਹਨੂੰ ਮਰਜ਼ੀ ਟਿਕਟ ਦੇ ਦੇਣ, ਦੈਟਸ ਅਨਦਰ ਮੈਟਰ, ਆਈ ਹੈਵ ਨਥਿੰਗ ਟੂ ਡੂ ਵਿਦ ਦੈਟ। ਪ੍ਰਿਯੰਕਾ ਗਾਂਧੀ ਦਾ ਕੁਝ ਫਰਕ ਹੈ? ਦੇਖੋ, ਅਗੇਨ ਕਮਿੰਗ ਬੈਕ, ਕਾਂਗਰਸ ਦੇ ਕੁਛ ਇਨਰ ਪਾਰਟੀ ਡਿਸੀਜਨਸ ਨੇ, ਪਰ ਮੈਨੂੰ ਇਹ ਗੱਲ ਦਾ ਸਮਝ ਨਹੀਂ ਆਉਂਦਾ ਕਿ ਅੱਗੇ ਕੋਈ ਕਸਰ ਸੀਗੀ ਜਦੋਂ ਰਾਹੁਲ ਗਾਂਧੀ ਹੀ ਪ੍ਰੈਜ਼ੀਡੈਂਟ ਨੇ, ਉਹਨਾਂ ਦੇ ਮਦਰ ਜਿਹੜੇ ਉਹ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ, ਉਹ ਆਪ ਵਾਈਸ ਪ੍ਰੈਜ਼ੀਡੈਂਟ ਸੀ, ਤਾਂ ਫਿਰ ਇੰਨਾ ਦੁਬਾਰਾ ਉਹਨਾਂ ਨੂੰ ਲਿਆਉਣ, ਕਿਤੇ ਨਾ ਕਿਤੇ ਯੂਪੀ ਵਿੱਚ ਪੈਨਿਕ ਨਜ਼ਰ ਆ ਰਹੀ ਹੈ, ਕਿਉਂਕਿ ਯੂਪੀ ਵਿੱਚ ਜਿਹੜੀ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗਠਬੰਧਨ ਆ, ਉਹ ਕਾਫੀ ਤਾਕਤਵਰ ਆ ਅਤੇ ਉਸ ਦੇ ਨਤੀਜੇ ਦੇ ਵੱਲੋਂ ਉਹਦੀ ਘਬਰਾਹਟ ਦੇਖ ਰਹੀਆਂ ਸਾਰੀਆਂ ਬੀਜੇਪੀ ਔਰ ਕਾਂਗਰਸ ਨੂੰ, ਉਹਨਾਂ ਦੇ ਇਸ ਗੱਠਜੋੜ ਨੂੰ ਦੇਖ ਕੇ ਘਬਰਾਹਟ ਹੋ ਰਹੀ ਹੈ।
ਕੋਈ ਨਹੀਂ, ਹਾਲੇ ਜਦੋਂ ਕੋਈ ਸੱਦਾ ਆਊਗਾ ਦੇਖਾਂਗੇ, ਹਾਲੇ ਤੱਕ ਕੋਈ ਸਾਨੂੰ ਇਸ ਬਾਰੇ ਇਲਮ ਨਹੀਂ ਗਾ ਜੀ ਬਿਲਕੁਲ। ਸਰ ਪੰਜਾਬ ਤੋਂ ਐਮ ਪੀ ਦੀ ਚੋਣ ਕਿੱਥੋਂ ਲੜੋਗੇ? ਹਾਲੇ ਕੋਈ ਇੱਦਾਂ ਫੈਸਲਾ ਨਹੀਂ ਲਿਆ, ਹਾਲੇ ਤਾਂ ਪਹਿਲਾਂ ਅਸੀਂ ਆਪਣੇ ਗੱਠਜੋੜ ਵਿੱਚ ਬੈਠ ਰਹੇ ਹਾਂ, ਡਿਸਕਸ ਕਰ ਰਹੇ ਹਾਂ, ਮੀਟਿੰਗਾਂ ਕਰ ਰਹੇ ਹਾਂ, ਕੌਣ ਕੌਣ ਕਿਹੜੀ ਕਿਹੜੀ ਪਾਰਟੀ ਕਿੱਥੇ ਕਿੱਥੇ ਆਪਣਾ ਯੋਗਦਾਨ ਪਾ ਸਕਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਸੀਟ ਬਾਏ ਸੀਟ ਡਿਸਕਸ ਕਰਾਂਗੇ ਫਿਰ ਤੁਹਾਨੂੰ ਮੈਂ ਦੱਸ ਸਕੂੰਗਾ। ਲੇਕਿਨ ਇਹ ਗੱਲ ਹੈਗੀ ਆ ਕਿ ਦੋ ਸੀਟਾਂ ਦੇ ਉੱਤੇ ਲੋਕ ਮੈਨੂੰ ਬਹੁਤ ਸਪੈਸ਼ਲੀ ਕਾਲ ਵੀ ਕਰਦੇ ਨੇ, ਫੇਸਬੁੱਕ ਮੈਸੇਜਸ, ਟੈਕਸਟ ਮੈਸੇਜਸ, ਵਟਸਐਪ, ਗਿਆ ਨੂੰ ਵੀ ਜ਼ਮੀਨ 'ਤੇ ਮਿਲਦੇ ਨੇ, ਬਠਿੰਡਾ ਔਰ ਸੰਗਰੂਰ ਦੇ ਉੱਤੋਂ ਆਵਾਜ਼ ਆ ਰਹੀ, ਬਾਕੀ ਵੇਅਰ ਟੂ ਫਾਈਟ ਫਰੋਮ ਉਹ ਸਾਰਾ